हेलो हेलो ਤੁਹਾਡਾ ਫਿਰ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਯੂਟਿਊਬ ਚੈਨਲ ਤੇ ਮੈਂ ਪਹਿਲਾਂ ਵੀ ਇੱਕ ਵੀਡੀਓ ਪਾਈ ਸੀਗੀ ਉਹ ਪਾਈ ਸੀਗੀ ਨੰਬਰ ਸਿਸਟਮ ਦੇ ਚੈਪਟਰ ਦੇ ਨੰਬਰਾਂ ਦੇ ਬਾਰੇ ਪਾਈ ਸੀਗੀ ਕਿ ਕਿਹੜਾ ਨੰਬਰ ਕਿਸ ਤਰ੍ਹਾਂ ਨਾਲ ਬਿਹੇਵ ਕਰਦਾ ਤੇ ਅੱਜ ਦਾ ਸਾਡਾ ਨਵਾਂ ਟੌਪਿਕ ਹੈ ਯੂਨਿਟ ਡਿਜਿਟ ਇਹਦੇ ਸਵਾਲ ਇਸ ਤਰ੍ਹਾਂ ਆ ਜਾਂਦੇ ਆ ਕਿ ਫਾਈਂਡ ਦਾ ਯੂਨਿਟ ਡਿਜਿਟ ਸਭ ਤੋਂ ਪਹਿਲਾਂ ਨੂੰ ਇਹ ਕਰਨ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਯੂਨਿਟ ਡਿਜਿਟ ਹੁੰਦਾ ਕੀ ਹੈ ਜਿੰਨੇ ਤੱਕ ਸਾਨੂੰ ਯੂਨਿਟ ਡਿਜਿਟ ਦਾ ਪਤਾ ਨਹੀਂ ਹੋਏਗਾ ਅਸੀਂ ਇਸ ਸਵਾਲ ਨੂੰ ਸੋਲਵ ਵੀ ਨਹੀਂ ਕਰ ਸਕਦੇ ਸਭ ਤੋਂ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਯੂਨਿਟ ਡਿਜਿਟ ਬਾਰੇ ਕਿ ਯੂਨਿਟ ਡਿਜਿਟ ਕਿੰਦਾ ਯੂਨਿਟ ਡਿਜਿਟ ਕੀ ਹੁੰਦਾ ਯੂਨਿਟ ਡਿਜਿਟ ਕਿਸੇ ਵੀ ਨੰਬਰ ਦਾ ਜਿਹੜਾ ਲਾਸਟ ਵਾਲਾ ਡਿਜਿਟ ਹੁੰਦਾ ਲਾਸਟ ਡਿਜਿਟ ਨੂੰ ਅਸੀਂ ਯੂਨਿਟ ਡਿਜਿਟ ਕਹਿ ਦਿੰਦੇ ਹਾਂ ਲਾਸਟ ਡਿਜਿਟ ਆਫ ਐਨੀ ਨੰਬਰ ਕਿਸੇ ਵੀ ਨੰਬਰ ਦਾ ਜਿਹੜਾ ਵੀ ਲਾਸਟ ਨੰਬਰ ਹੋਏਗਾ ਲਾਸਟ ਡਿਜਿਟ ਆਫ ਐਨੀ ਨੰਬਰ ਫੋਰ ਇਗਜ਼ਾਮਪਲ ਜਿਵੇਂ ਕਿ ਸਾਨੂੰ ਨੰਬਰ ਦਿੱਤਾ 1 2 3 4 5 ਇਹਦੇ ਵਿੱਚ ਜਿਹੜਾ 5 ਹੋਏਗਾ ਇਹਦੇ ਵਿੱਚ ਸਾਡਾ 5 ਯੂਨਿਟ ਡਿਜਿਟ ਹੋਏਗਾ 5 ਵਿਦ ਯੂਨਿਟ ਡਿਜਿਟ ਇਹ ਤਾਂ ਹੋ ਗਿਆ ਸਾਡਾ ਯੂਨਿਟ ਡਿਜਿਟ ਹੁਣ ਇਸ ਤਰ੍ਹਾਂ ਦੇ ਸਾਨੂੰ ਕੁਐਸਚਨ ਪੁੱਛ ਲੈਂਦੇ ਆ ਕਿ ਪਹਿਲਾ ਕੁਐਸਚਨ ਸਾਨੂੰ ਜਿਹੜੇ ਇਹਦਾ ਜਿਹੜਾ ਪਾਰਟ ਫਸਟ ਇੱਕ ਇਸ ਤਰ੍ਹਾਂ ਦੇ ਸਵਾਲ ਪੁੱਛ ਲੈਂਦੇ ਆ ਜਿਹਦੇ ਵਿੱਚ ਸਾਨੂੰ ਸੇਮ ਨੰਬਰ ਦਿੱਤੇ ਹੁੰਦੇ ਮਲਟੀਪਲਾਈ ਦੇ ਵਿੱਚ ਦਿੱਤੇ ਹੁੰਦੇ ਇਹਦੇ ਵਿੱਚ ਅਸੀਂ ਕੀ ਕਰਨਾ ਹੁਣ ਜਿੱਦਾਂ ਕਿ 102 103 104 ਨੂੰ ਅਸੀਂ ਮਲਟੀਪਲਾਈ ਕਰਨਾ ਹੋਵੇ ਤਾਂ ਬਹੁਤ ਲੰਬੀ ਮਲਟੀਪਲਾਈ ਚਲੀ ਜਾਂਦੀ ਹੈ ਇਹਨੂੰ ਆਪਾਂ ਛੋਟ ਤਰੀਕੇ ਨਾਲ ਕਿਵੇਂ ਕਰਨਾ ਇਹਨਾਂ ਦੇ ਅਸੀਂ ਯੂਨਿਟ ਡਿਜਿਟਾਂ ਨੂੰ ਹੀ ਆਪਾਂ ਦੇ ਵਿੱਚ ਮਲਟੀਪਲਾਈ ਕਰਨਾ ਜਿੱਦਾਂ 2 3 1 ਅਤੇ 4 2 ਮਲਟੀਪਲਾਈ 3 ਮਲਟੀਪਲਾਈ 1 ਮਲਟੀਪਲਾਈ 4 ਇਹਨਾਂ ਨੂੰ ਆਪਾਂ ਦੇ ਵਿੱਚ ਕਰ ਲੈਣਾ ਇਹਦਾ ਆ ਗਿਆ 6 ਮਲਟੀਪਲਾਈ 1 ਮਲਟੀਪਲਾਈ 4 ਇਹਨਾਂ ਨੂੰ ਆਪਾਂ ਕਰਾਂਗੇ 1 ਨਾਲ ਜਿੰਨੀ ਮਰਜ਼ੀ ਕਰ ਲਓ 1 ਦਾ ਸੇਮ ਹੀ ਰਹਿਣਾ ਉਹੀ ਇਹਨੂੰ ਇਹਦੇ ਨਾਲ ਕਰਾਂਗੇ 24 ਆ ਜਾਣਾ ਹੁਣ ਇਹਦੇ ਵਿੱਚ ਸਾਡਾ ਲਾਸਟ ਯੂਨਿਟ ਕਿੰਨਾ ਯੂਨਿਟ ਡਿਜਿਟ ਕਿੰਨਾ 4 ਇਸ ਵਿੱਚ ਸਾਡਾ ਆਪਸ਼ਨ ਇਹ ਆ ਗਿਆ ਇਸ ਤਰ੍ਹਾਂ ਦੇ ਸਵਾਲਾਂ ਦੇ ਵਿੱਚ ਸਾਨੂੰ ਇੱਕ ਅਲੱਗ ਤਰ੍ਹਾਂ ਦੇ ਸਵਾਲ ਵੀ ਪਾੜਦਾ ਕਿਤੇ ਉਹ ਇਹਦੇ ਜਿੱਥੇ ਇੱਥੇ ਪਲੱਸ ਪਾੜਦਾ ਅਤੇ ਪਲੱਸ ਚਾਹੇ ਮਾਈਨਸ ਜਿਹੜੇ ਨਿਸ਼ਾਨ ਉਹ ਚੇਂਜ ਕਰ ਸਕਦਾ ਕਿਤੇ ਤਕਸੀਮ ਪਾ ਸਕਦਾ ਕਿਤੇ ਅਲੱਗ ਤਰੀਕੇ ਦੇ ਪਾ ਸਕਦਾ ਜਿੱਦਾਂ ਹੁਣ ਫੋਰ ਇਗਜ਼ਾਮਪਲ ਇੱਕ ਸਵਾਲ ਹੋਰ ਦੇਖਿਓ ਸਾਡਾ ਅਗਲਾ ਸਵਾਲ ਹੈ ਫਾਈਂਡ ਦੀ ਯੂਨਿਟ ਡਿਜਿਟ 103 ਪਲੱਸ 104 ਮਲਟੀਪਲਾਈ 102 ਪਲੱਸ 103 ਸਾਨੂੰ ਇਹ ਰਕਮ ਦੇ ਦਿੱਤੀ ਹੁਣ ਇਹਨਾਂ ਨੇ ਹੁਣ ਇਹਦੇ ਵਿੱਚੋਂ ਅਸੀਂ ਯੂਨਿਟ ਡਿਜਿਟ ਕੱਢਣਾ ਸਾਡਾ ਸਭ ਤੋਂ ਪਹਿਲਾਂ ਜਿਹੜੀ ਸਟੂਡੈਂਟਸ ਨੇ ਗਲਤੀ ਕਰਦੇ ਆ ਜਿਹੜੇ ਜਿੱਥੋਂ ਤੱਕ ਕਿ ਮੈਂ ਵੀ ਕਈ ਵਾਰੀ ਇਸ ਚੀਜ਼ ਨੂੰ ਗਲਤ ਕਰ ਜਾਂਦਾ ਰਿਹਾ ਉਹ ਇਹ ਆ ਕਿ ਅਸੀਂ ਪਹਿਲਾਂ ਇਹਨਾਂ ਨੂੰ ਪਲੱਸ ਕਰ ਲੈਂਦੇ ਹਾਂ ਜਿੱਦਾਂ 4 3 7 ਅਸੀਂ ਇਹਨੂੰ ਪਲੱਸ ਕਰ ਲੈਣਾ 7 ਇਹਨਾਂ ਨੂੰ ਅਸੀਂ ਅਲੱਗ ਤੋਂ ਪਲੱਸ ਕਰ ਲੈਣਾ ਕਿੰਨਾ ਹੋ ਗਿਆ 6 ਇਹਨਾਂ ਦਾ 6 ਆ ਜਾਣਾ ਸੀਗਾ ਇਹਨਾਂ ਨੂੰ ਅਸੀਂ ਕਰਦੇ ਅਤੇ ਇਹਨਾਂ ਦੇ ਲਾਸਟ ਦੇ ਆ ਜਾਣਾ ਸੀਗਾ 5 ਇਹਨਾਂ ਦੇ ਯੂਨਿਟ ਡਿਜਿਟ ਦਾ ਆ ਜਾਣਾ ਸੀਗਾ 6 7 ਆ ਜਾਣਾ ਸੀਗਾ 7 2 5 35 ਇਹਦਾ ਆ ਜਾਣਾ ਸੀਗਾ ਯੂਨਿਟ ਡਿਜਿਟ 5 ਜੀ ਆਪਾਂ ਇਸ ਹਿਸਾਬ ਨਾਲ ਕਰਦੇ ਤੇ ਜੋ ਕਿ ਸਾਡਾ ਗਲਤ ਆ ਉਹ ਤਾਂ ਆਪਸ਼ਨ ਦੇ ਵਿੱਚ ਹੀ ਹੈ ਨਹੀਂ ਆਪਸ਼ਨ ਦੇ ਵਿੱਚ ਆ ਨਹੀਂ ਮਤਲਬ ਇਹ 5 ਸਾਡਾ ਗਲਤ ਆ ਇਸ ਲਈ ਆਪਾਂ ਕੀ ਕਰਨਾ ਪਹਿਲਾਂ ਮਲਟੀਪਲਾਈ ਕਰਨੀ ਆ ਬੋਰਡ ਮਾਸ ਦੇ ਅਕੋਰਡਿੰਗ ਇਹ ਜਿਹੜਾ ਸਵਾਲ ਚੱਲਦੇ ਆ ਮੈਥ ਦੇ ਵਿੱਚ ਬੋਰਡ ਮਾਸ ਚੱਲਦਾ 20 ਬੋਰਡ ਮਾਸ ਚੱਲਦਾ ਇਹਦੇ ਵਿੱਚ ਬੋਰਡ ਮਾਸ ਦੇ ਪਹਿਲਾਂ ਆਪਾਂ ਪਹਿਲਾਂ ਮਲਟੀਪਲਾਈ ਕਰਨੀ ਹੈ ਐਡ ਅਸੀਂ ਬਾਅਦ ਕਰਨੇ ਆ ਪਹਿਲਾਂ ਆਪਾਂ ਮਲਟੀਪਲਾਈ ਇਹ ਦੋਨਾਂ ਦੇ ਯੂਨਿਟਾਂ ਦੀ ਕਰਾਂਗੇ ਇਹ ਦੋਨਾਂ ਦੇ ਯੂਨਿਟਾਂ ਦੀ ਮਲਟੀਪਲਾਈ ਕੀਤੀ ਆ ਜਾਏਗੀ 8 ਇੱਥੇ ਆ ਜਾਏਗਾ ਜਮ੍ਹਾਂ ਇਹਦਾ ਆ ਜਾਏਗਾ 3 ਇਹਦਾ ਵੀ ਆ ਜਾਏਗਾ 3 3 11 11 ਅਤੇ 4 ਇਹਦਾ ਆ ਜਾਣਾ ਸੀਗਾ 14 ਅਤੇ ਇਹਦਾ ਯੂਨਿਟ ਡਿਜਿਟ ਕਿੰਨਾ ਬਣਨਾ ਸੀਗਾ 4 ਇਹ ਸਾਡਾ ਸੀਗਾ ਰਾਈਟ ਆਨਸਰ ਇਹ ਤਾਂ ਹੋ ਗਈ ਸਿੰਪਲ ਹੁਣ ਇਹਦੇ ਤੋਂ ਥੋੜ੍ਹਾ ਜਿਹਾ ਅੱਗੇ ਵਾਲੇ ਲੈਵਲ 'ਤੇ ਜਾਵਾਂਗੇ ਉਹ ਥੋੜ੍ਹਾ ਜਿਹਾ ਅਲੱਗ ਟਾਈਪ ਦਾ ਚੱਲੇਗਾ ਇਹਦਾ ਸਾਨੂੰ ਅਗਲਾ ਜਿਹੜਾ ਇਹਦੇ ਵਿੱਚ ਜਿਹੜਾ ਨੈਕਸਟ ਲੈਵਲ 'ਤੇ ਜਿਹੜਾ ਸਵਾਲ ਪੁੱਛਦਾ ਪਾਰਟ ਨੰਬਰ 2 ਇਹਨੂੰ ਨੋਟ ਕਰ ਲਿਓ ਪਾਰਟ ਨੰਬਰ 2 ਜਿਹੜਾ ਇਹਦੇ ਵਿੱਚ ਦੂਜੇ ਤਰੀਕੇ ਦੇ ਹਿਸਾਬ ਨਾਲ ਜਿਹੜੇ ਯੂਨਿਟ ਡਿਜਿਟ ਸਾਨੂੰ ਪੁੱਛ ਲੈਂਦੇ ਆ ਉਹ ਪੁੱਛਦੇ ਆ ਇਸ ਹਿਸਾਬ ਨਾਲ ਕਿਸੇ ਨੰਬਰ ਦੀ ਪਾਵਰ ਦੇ ਹਿਸਾਬ ਨਾਲ ਪੁੱਛ ਲੈਂਦੇ ਆ ਹੁਣ ਇਹ ਸਾਨੂੰ ਇੰਨਾ ਇੱਡੀ ਵੱਡੀ ਕੈਲਕੂਲੇਸ਼ਨ ਕਰਨੀ ਥੋੜ੍ਹੀ ਔਖੀ ਹੋ ਜਾਂਦੀ ਹੈ ਅਸੀਂ ਕੱਢਣਾ ਤਾਂ ਯੂਨਿਟ ਡਿਜਿਟ ਇਹਨੂੰ ਆਪਾਂ ਆਸਾਨ ਤਰੀਕੇ ਨਾਲ ਕਿਵੇਂ ਕਰਾਂਗੇ ਉਹ ਦੇਖਿਓ ਜੇ ਅਸੀਂ ਇਹਨਾਂ ਨੂੰ ਉੱਦਾਂ ਆਪਾਂ ਕਰਨਾ ਹੋਵੇ 64 ਮਲਟੀਪਲਾਈ 64 ਮਲਟੀਪਲਾਈ 64 ਅਪ ਟੂ ਨੂੰ 50 65 ਟਾਈਮ ਤੱਕ ਕਰਨਾ ਪਏਗਾ ਅਤੇ ਇੱਡੀ ਵੱਡੀ ਕੈਲਕੂਲੇਸ਼ਨ ਕਰਨੀ ਸਾਨੂੰ ਪੇਪਰ ਦੇ ਵਿੱਚ ਇੰਨੀ ਸੌਖੀ ਤਾਂ ਹੈ ਨਹੀਂ ਅਤੇ ਇਹਨੂੰ ਅਸੀਂ ਆਸਾਨ ਤਰੀਕੇ ਨਾਲ ਕਿਵੇਂ ਕਰਾਂਗੇ ਸਾਨੂੰ ਜਿਹੜੀ ਵੀ ਪਾਵਰ ਦਿੱਤੀ ਹੋਈ ਹੈ ਇਹਦਾ ਆਪਾਂ ਯੂਨਿਟ ਡਿਜਿਟ ਲੈਣਾ ਇਹਦਾ ਆਪਾਂ ਇਕੱਲਾ ਯੂਨਿਟ ਡਿਜਿਟ ਇਹਦਾ ਕਿੰਨਾ 4 ਹੁਣ ਜਿਹੜੀ ਵੀ ਸਾਨੂੰ ਪਾਵਰ ਦਿੱਤੀ ਹੋਈ ਹੈ ਇਹਨੂੰ ਅਸੀਂ ਤਕਸੀਮ ਦੇਵਾਂਗੇ 4 ਨਾਲ ਇਹਨੂੰ ਡਿਵਾਈਡ ਕਰਾਂਗੇ ਆਪਾਂ 4 ਨਾਲ ਇੱਧਰ ਸਾਈਡ 'ਤੇ ਡਿਵਾਈਡ ਆਪਾਂ ਕਰ ਲੈਣਾ ਇਹਨੂੰ ਜਿੱਦਾਂ 65 ਨੂੰ 4 ਨਾਲ ਡਿਵਾਈਡ ਕਰ ਲਿਆ ਅਸੀਂ ਹਰ ਵਾਰੀ ਜਿੰਨੀ ਮਰਜ਼ੀ ਪਾਵਰ ਦਿੱਤੀ ਹੋਏ ਅਸੀਂ ਡਿਵਾਈਡ 4 ਨਾਲ ਹੀ ਕਰਨਾ ਕੁਝ ਕੁ ਤਰੀਕੇ ਜਿਹੜੇ ਯੂਨਿਟ ਡਿਜਿਟ ਦੇ ਕੱਢਣ ਦੇ ਥੋੜ੍ਹਾ ਇੱਕ ਅਲੱਗ ਤਰੀਕਾ ਵੀ ਹੈਗਾ ਉਹਦੇ ਵਿੱਚ ਥੋੜ੍ਹੀਆਂ ਜਿਹੀਆਂ ਚੀਜ਼ਾਂ ਸਾਨੂੰ ਯਾਦ ਕਰਨੀਆਂ ਪੈਂਦੀਆਂ ਅਸੀਂ ਉਹ ਤਰੀਕਾ ਹੀ ਨਹੀਂ ਕਰਨਾ ਅਸੀਂ ਇਹਦੇ ਵਿੱਚ ਕੀ ਕਰਨਾ 4 ਨਾਲ ਡਿਵਾਈਡ ਕਰਕੇ ਦੇਖ ਲੈਣਾ ਇਹਦੇ ਵਿੱਚ ਜਿੰਨਾ ਰਿਮਾਈਂਡਰ ਬਚੇਗਾ ਉਹ ਇਹਦੀ ਪਾਵਰ ਕਰ ਦੇਣੀ ਹੈ ਹੁਣ ਜੇ ਤਾਂ ਇਹਦੇ ਵਿੱਚ ਪਹਿਲਾਂ ਆਪਾਂ ਦੇਖੀਏ ਜਿੱਦਾਂ ਹੁਣ ਇਹਨੂੰ ਕੀਤਾ
ये आ जाता 16 चौके 64, रिमाइंडर किन्ना बचा 1, असी इसकी पावर 1 करती, यही साडा आंसर आएगा ये साडा आंसर 1 4 की पावर 4, यो साडा आंसर आ गया 4। हुण अलग तो जे इहदे विच जिद्दां हुण इत्थे पावर कुछ अलग आ जाण, जे इत्थे जिद्दां 1 पावर सीगी, 1 रिमाइंडर 1 सीगा, जे रिमाइंडर कुछ अलग बचे, जे तां 1 रिमाइंडर बचिया फिर रिमाइंडर आपां पावर भी 1 ही लैणी है इहदी, जे रिमाइंडर 2 आ फिर पावर भी 2 लैणी आ, जे रिमाइंडर 3 आ फिर आपां रिमाइंडर पावर भी 3 लैणी आ। हुण जे साडा रिमाइंडर बचदा 0, जे इत्थे पूरा हुंदा 64 हुंदा, 64 ना 64 पूरा पूरा डिवाइड हो जाणा सीगा, तो उस टाइम असी इहदी पावर लैणी आ 4। तो ये रिलेटड कुछ क्वेश्चन करांगे। हुण जिद्दां असी एक नंबर लिया 64 की पावर 64 आ, 203 की पावर 201 आ, 65 की पावर 65 आ, ये आपां यूनिट डिजिट कढ़न टाइम आपां एक चीज़ होर याद रखनी है कि कभी भी सानू 1 की पावर जो मर्जी होवे इन्हां दा यूनिट डिजिट 1 ही रहिंदा, 1 की पावर जो मर्जी आ जाए इहदा यूनिट डिजिट 1 रहिंदा। इसे तरीके नाल जे असीं 5 की पावर जो मर्जी लै लईए इहदा यूनिट डिजिट भी 5 रहिंदा, इसे तरीके नाल जे आपां 6 की पावर जो मर्जी लै लईए इहदा यूनिट डिजिट भी 6 रहिंदा, इसे तरीके नाल 0 की पावर जो मर्जी लै लईए उहदा भी यूनिट डिजिट 0 ही रहिंदा। जिवें हुण असीं इत्थे देख लईए इहदी एग्जाम्पल दे तौर ते देख लईए, असीं 11 लिखिआ, 11 की पावर 2 कीता इहदा 121 आया, इहदा स्केयर करिए 121 आउंदा, इहनूं जिन्ने वारी मर्जी मल्टीप्लाई 1 नूं आपां दे विच जिन्ने वारी मर्जी मल्टीप्लाई उहदा यूनिट डिजिट 1 ही रहिंदा। हुण 5 की पावर जे आपां 3 कर दईए, क्यूब कर दईए, 5 की क्यूब कर दईए तो इहदा हुंदा 125, फिर साडा उही आया 5 यूनिट डिजिट। इसे तरीके नाल जे आपां 6 की कर दईए, 6 की क्यूब कर दईए तो इहदा हुंदा 216, 6 का क्यूब हुंदा 216, फिर 6 यूनिट डिजिट। इस तरीके नाल असीं 10 की पावर जो मर्जी कर दईए, 3 कर दईए, चाहे 4 कर दईए, चाहे 5 कर दईए, इहनां दा यूनिट डिजिट हमेशा 0 ही रहिंदा। ਇਹ 4 ਇਹੋ ਜਿਹੇ ਨੰਬਰ ਆ ਜਿਨ੍ਹਾਂ ਦਾ ਯੂਨਿਟ ਡਿਜਿਟ ਹਮੇਸ਼ਾ ਹੀ ਸੇਮ ਰਹਿੰਦਾ, ਇਸ ਲਈ ਅਸੀਂ ਸਭ ਤੋਂ ਪਹਿਲਾਂ ਇਹਦੇ ਵਿੱਚ ਆਪਾਂ ਨੰਬਰ ਚੈੱਕ ਕਰਨੇ ਆ ਕਿ ਕਿਹੜਾ ਨੰਬਰ ਹੈਗਾ, 4 ਦਾ ਨਹੀਂ ਹੈਗਾ, 3 ਦਾ ਨਹੀਂ ਹੈਗਾ, 5 ਦਾ, ਅਸੀਂ ਇਹਦਾ ਦੇਖ ਲਿਆ ਤੋਂ 5 ਦਾ ਯੂਨਿਟ ਡਿਜਿਟ ਜੋ ਮਰਜ਼ੀ ਆ ਜੇ ਸਾਡਾ 5 ਹੀ ਆਉਣਾ। ਇਸੇ ਤਰੀਕੇ ਨਾਲ ਇਹ ਦੋਨੇ ਸਾਨੂੰ ਹੱਲ ਕਰਨੇ ਪੈਣੇ ਆ, ਏ ਬੀ ਅਤੇ ਏ ਬੀ, ਇਹ 2 ਤਰੀਕੇ ਨਾਲ ਹੱਲ ਹੋ ਵੀ ਜਾਂਦੇ, ਦੋ ਤਿੰਨ ਤਰੀਕਿਆਂ ਨਾਲ ਹੱਲ ਹੋ ਜਾਂਦੇ, ਬਟ ਬੈਸਟ ਜਿਹੜਾ ਤਰੀਕਾ ਉਹ ਇਹੀ ਆ। ਪਹਿਲਾਂ ਆਪਾਂ 64 ਦੀਆਂ 64 ਹੁਣ ਆਪਾਂ ਸਾਨੂੰ ਪਤਾ ਆਪਾਂ ਇਹਨੂੰ 4 ਨਾਲ ਡਿਵਾਈਡ ਦੇਣਾ ਸੀ, ਪਿਛਲੇ ਵੀ ਕੀਤਾ ਸੀਗਾ, 64 ਨੂੰ 4 ਨਾਲ ਡਿਵਾਈਡ ਦੇਵਾਂਗੇ ਤਾਂ 16 ਚੌਕੇ 64 ਹੁੰਦਾ, ਸਾਡਾ ਰਿਮਾਈਂਡਰ ਬਚਿਆ 0। ਜੇ ਸਾਡਾ ਰਿਮਾਈਂਡਰ 0 ਆ ਤਾਂ ਅਸੀਂ 4 की पावर ਕਿੰਨੀ ਲੈਣੀ ਹੈ, 4, ਠੀਕ ਆ। ਇਹਦੇ ਤੋਂ ਬਾਅਦ 3, ਇੱਥੋਂ ਆਪਾਂ 3 ਲਿਖ ਲਿਆ, ਹੁਣ ਇਹਦੀ ਪਾਵਰ ਕਿੰਨੀ ਲੈਣੀ ਹੈ, 201, ਆਪਾਂ ਜੇ 201 ਨੂੰ 4 ਨਾਲ ਡਿਵਾਈਡ ਕਰਕੇ ਦੇਖੀਏ ਤਾਂ 50 ਚੌਕੇ 200 ਹੁੰਦਾ, ਸਾਡਾ ਰਿਮਾਈਂਡਰ ਬਚ ਗਿਆ 1, ਇੱਥੇ ਆ ਗਈ ਪਾਵਰ 1। ਇਸੇ ਤਰੀਕੇ ਨਾਲ ਜੇ ਆਪਾਂ ਇਹਨੂੰ ਹੱਲ ਕਰੀਏ 4 ਚੌਕੇ 64, ਹੁਣ ਇਹਨੂੰ ਆਪਾਂ ਐਡੀ ਲੰਬੀ ਲੈਣ ਤੋਂ ਸਾਨੂੰ ਬਹੁਤਾ ਕਰਨ ਦੀ ਵੀ ਨਹੀਂ ਲੋੜ, ਹੁਣ ਉਹਨੂੰ ਆਪਾਂ 2 ਵੀ ਲੈ ਸਕਦੇ ਹਾਂ, ਸਕੇਅਰ ਮਲਟੀਪਲਾਈ 4 ਦੀ ਸਕੇਅਰ, ਇਹ ਚੀਜ਼ ਵੀ ਆਪਾਂ ਲੈ ਸਕਦੇ, ਕਿਉਂਕਿ ਜੇ ਸਾਨੂੰ 4 ਨੂੰ 4 ਵਾਰੀ ਕਰਨਾ ਪਿਆ ਥੋੜ੍ਹੀ ਵੱਡੀ ਚੱਲ ਜਾਂਦੀ, ਜਿੱਦਾਂ 64 ਨੂੰ ਵੀ ਕਰਨਾ ਪੈਣਾ, ਇਸ ਕਰਕੇ ਆਪਾਂ ਇਹਦਾ ਲਿਆ, ਇਹਦਾ ਵੀ ਆ ਗਿਆ ਯੂਨਿਟ ਡਿਜਿਟ 6, ਇਹਦਾ ਵੀ ਆ ਗਿਆ ਯੂਨਿਟ ਡਿਜਿਟ 6, ਇਹ ਦੋਨਾਂ ਦਾ 6 ਦਾ ਯੂਨਿਟ ਡਿਜਿਟ ਹਮੇਸ਼ਾ 6 ਰਹਿੰਦਾ, ਸਾਡਾ ਇੱਥੋਂ ਯੂਨਿਟ ਡਿਜਿਟ ਕੀ ਆ ਗਿਆ 6, ਠੀਕ ਆ। ਮਲਟੀਪਲਾਈ 3 की पावर 1, 3 ਹੀ ਆ ਗਿਆ, ਇਹਦਾ ਆ ਗਿਆ 5 5 6 30, ਇਹ ਦੇਖੋ ਹੁਣ ਇੱਥੇ ਆਪਾਂ ਇੱਕ ਚੀਜ਼ ਦੇਖੀ, ਇੱਥੇ ਆ ਗਿਆ 30 multiply 3, 3 ਨੂੰ ਇਹਦੇ ਨਾਲ ਕਰਾਂਗੇ ਸਾਡਾ ਜਿਹੜਾ 90, ਅਤੇ ਇਹਦਾ ਆਂਸਰ ਆ ਗਿਆ 0, ਸਾਡਾ ਯੂਨਿਟ ਡਿਜਿਟ ਕੀ ਆ ਗਿਆ 0। ਇਹ ਸਾਡਾ ਇੱਕ ਤਰੀਕੇ ਨਾਲ ਇਹ ਸਵਾਲ ਹੋ ਗਿਆ, ਇਸ ਤੋਂ ਅੱਗੇ ਵਾਲਾ ਕੋਈ 1-2 ਸਵਾਲ ਕੱਢ ਕੇ ਦੇਖਦੇ ਹਾਂ। ਹੁਣ ਜਿੱਦਾਂ ਕਿ ਸਾਨੂੰ ਇੱਕ ਸਵਾਲ ਹੋਰ ਆਏ, ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਦੇਖਿਆ ਇਹਨਾਂ ਨੇ ਮਲਟੀਪਲ ਸਾਨੂੰ ਯੂਨਿਟ ਡਿਜਿਟ ਕੱਢਣ ਨੂੰ ਹੀ ਦਿੱਤਾ ਹੋਇਆ, ਜੇ ਕੋਈ ਯੂਨਿਟ ਡਿਜਿਟ ਪਤਾ ਕਰੋ, 9 999 ਆ, 100 ਆ, 501 ਆ, 19 ਆ, 78 ਆ, ਇਹ ਸਾਰੇ ਮਲਟੀਪਲਾਈ ਦੇ ਵਿੱਚ। ਅਸੀਂ ਸਭ ਤੋਂ ਪਹਿਲਾਂ ਇੱਕ ਚੀਜ਼ ਚੈੱਕ ਕਰਨੀ ਹੈ ਇਹਦੇ ਵਿੱਚ, ਜਿਹੜੀ ਚੀਜ਼ ਚੈੱਕ ਕਰਨ ਵਾਲੀ ਆ ਉਹ ਇਹ ਆ, ਕਦੀ ਵੀ ਜਿਸ ਵੀ ਨੰਬਰ ਦੇ ਵਿੱਚ 1 0 ਆ ਗਿਆ ਉਹ ਸਾਰੀਆਂ ਸਾਰੇ ਵੀ ਨੰਬਰਾਂ ਨੂੰ 0 ਕਰ ਦਿੰਦਾ। ਜਿੱਦਾਂ ਹੁਣ ਇੱਥੇ 100 ਆ ਗਿਆ, ਲਾਸਟ 'ਤੇ 1 ਯੂਨਿਟ ਡਿਜਿਟ ਵੀ 0 ਆ ਗਿਆ, ਅਤੇ ਮਲਟੀਪਲਾਈ ਦੇ ਵਿੱਚ ਇਹਨਾਂ ਦਾ ਸਿੱਧਾ ਆਂਸਰ ਆਪਾਂ 0 ਟਿੱਕ ਕਰ ਦੇਣਾ, ਚਾਹੇ ਇਹਨੂੰ ਹੱਲ ਕਰਕੇ ਦੇਖ ਲਿਓ ਆਂਸਰ ਇਹੋ ਆਉਣਾ। ਨੈਕਸਟ ਸਵਾਲ ਇਹ ਆ ਗਿਆ ਸਾਨੂੰ, 505 की पावर 201, 1 की पावर 200 206 की पावर 200। ਅਸੀਂ ਹੁਣ ਸਭ ਤੋਂ ਪਹਿਲਾਂ ਦੇਖਿਆ ਇਹਨਾਂ ਦੇ ਵਿੱਚ ਨੰਬਰ ਆ ਜਿਹੜੇ ਉਹ ਆ ਪਲੱਸ ਦੇ, ਇਹਨਾਂ ਨੂੰ ਵਿੱਚ ਜੋੜ ਕਰਕੇ ਇਹਨਾਂ ਦਾ ਆਂਸਰ ਕੱਢਣਾ। ਅਤੇ ਹੁਣ ਸਾਨੂੰ ਆਪਾਂ ਇੱਕ ਚੀਜ਼ ਆਪਾਂ ਪਹਿਲਾਂ ਪੜ੍ਹੀ ਸੀਗੀ, ਮੈਂ ਨੋਟ ਲਿਖਾਇਆ ਸੀਗਾ ਕਿ 5 1 6, ਇਹ 3 की पावर ਜੋ ਮਰਜ਼ੀ ਹੋਵੇ ਸੇਮ ਰਹਿੰਦੀ ਆ। ਹੁਣ ਇਹਨਾਂ ਦਾ ਯੂਨਿਟ ਡਿਜਿਟ ਸੇਮ ਰਹਿਣਾ, 5 ਦਾ ਯੂਨਿਟ ਡਿਜਿਟ ਜੋ ਮਰਜ਼ੀ ਆ ਜਿਹਦੇ 5 ਆ ਜਾਣਾ, ਜਮ੍ਹਾਂ 1 ਦਾ ਜੋ ਮਰਜ਼ੀ ਆ ਜੇ ਇੱਥੇ 1 ਆ ਜਾਣਾ, 6 की पावर ਜਿੰਨੀ ਮਰਜ਼ੀ ਕਰ ਲਓ ਤਾਂ 6 ਆ ਜਾਣਾ,
हूँ इन्हों का असी प्लस किया सारे प्लस करके साडा 12 आ गया तो साडा एट एंड ते जिहड़ा यूनिट डिजिट आ जाना वो साडा आ जाना 2 ये साडा आ गया आंसर साडा आंसर यही है। मैं छेती छेती इस करके मतलब करवा रहा कि इन्ने टॉपिक तो मेन है क्योंकि इन्होंने एक अद्धा सवाल जरूर आ जाता बट इन औखे नहीं होंगे ज इन्ने टफ तरीके नहीं पूछे जाते सौखे तरीके ही पूछे जाएंगे जो भी पूछे गए।